ਪਾਕਿਸਤਾਨ ਵਿੱਚ ਸਥਿਤ ਸਿੱਖਾਂ ਦੇ ਪਵਿੱਤਰ ਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਤੇ ਹੋਏ ਹਮਲੇ ਨੂੰ ਲੈ ਕੇ ਦੇਸ਼ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ। ਇਸ ਵਿਰੋਧ ਪ੍ਰਦਰਸ਼ਨ ਵਿੱਚ ਸਿੱਖ ਭਾਈਚਾਰੇ ਦੇ ਲੋਕ ਹੀ ਨਹੀਂ ਬਲਕਿ ਹੋਰ ਭਾਈਚਾਰੇ ਦੇ ਲੋਕ ਵੀ ਸ਼ਾਮਲ ਨੇ। ਖਾਸ ਕਰ ਨਨਕਾਣਾ ਸਾਹਿਬ ਕਾਂਡ ਦੀ ਵੀਡੀਓ ਸੋਸ਼ਲ ਮੀਡੀਆ ਤੇ ਸਾਂਝਾ ਕਰਕੇ ਯੂਜ਼ਰਸ ਆਪਣਾ ਵਿਰੋਧ ਦਰਜ ਕਰਵਾ ਰਹੇ ਨੇ। ਨਨਕਾਣਾ ਸਾਹਿਬ ਵਿੱਚ ਹੋਈ ਪੱਥਰਬਾਜ਼ੀ ਦੀ ਘਟਨਾ ਨੂੰ ਲੈ ਕੇ ਯੂਜ਼ਰਸ ਨੇ ਕਾਂਗਰਸ ਦੇ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੂੰ ਵੀ ਨਿਸ਼ਾਨਾ ਬਣਾਇਆ। ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਨੇ ਕਿਹਾ, ਕਾਂਗਰਸ ਇਸ ਮੁੱਦੇ ਤੇ ਅਜੇ ਵੀ ਚੁੱਪ ਹੈ। ਪਤਾ ਨਹੀਂ ਸਿੱਧੂ ਭਾਜੀ ਕਿੱਥੇ ਭੱਜ ਗਏ ਨੇ। का जो महत्व है आज मेरे को लगता है कि जो लोग शाहीन बाग में बैठे हुए थे या केरल की जो असेंबली है उन सबको समझ आया होगा। और अब तक कांग्रेस पार्टी के मुंह से तो मैंने एक जबान किसी की खुलते हुए नहीं सुनी है। और मुझे नहीं पता कि वो सिद्धू पाजी किथे नट गए ने, वो कहां भागे हुए हैं, कि वो अभी भी जाके गले मिलना चाहते हैं ISI के चीफ को, तो जरा कांग्रेस को पता करना चाहिए। क्योंकि जो कुछ हो रहा है वो आप सबके सामने है और लगातार इस तरीके की जो हरकतें हैं 47 से आज तक 2019 तक होती आई हैं और होती रही हैं। और इसीलिए CAA का कानून लाया गया। आज आपके माध्यम से पूरे दुनिया को हम बताना चाहते हैं कि जो सिख मजहब की सबसे पवित्र गुरुद्वारा है जहां पर बाबा नानक का जन्म स्थान है, उसके साथ अगर इस बर्बरता का व्यवहार हो सकता है तो आप सोचिए आए दिन वहां पर जनता के साथ क्या व्यवहार होता होगा। और ये व्यवहार केवल सिखों के साथ नहीं हो रहा बल्कि सिखों, हिंदुओं, ईसाइयों, ज़ोरास्ट्रेशियंस, जितने भी लोग जिनको पाकिस्तान में अल्पसंख्यकों के लिए कोई जगह नहीं है, यही कारण है कि लगातार उनकी संख्या घटती जा रही है। ਨਨਕਾਣਾ ਸਾਹਿਬ ਮਾਮਲੇ ਤੇ ਅਕਾਲੀ ਨੇਤਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜਿੰਨੀ ਜਲਦੀ ਹੋ ਸਕੇ ਉੱਥੇ ਰਹਿ ਰਹੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਅਮਨ ਸ਼ਾਂਤੀ ਬਣਾਈ ਰੱਖੀਏ। ਬੜਾ ਹੀ ਦੁਖਦਾਈ ਹੈ ਜੀ। ਅਸਲ ਇਹ ਹੈ ਕਿ ਪਾਗਲ ਲੋਕ ਹੀ ਹਨ ਜਿਹੜਾ ਇਹ ਜਿਹਾ ਸੋਚਦੇ ਨੇ ਤੇ ਗਵਰਨਮੈਂਟ ਆਫ ਇੰਡੀਆ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਇਮੀਡੀਏਟਲੀ ਇਹਦੇ 'ਤੇ ਤਾਲਮੇਲ ਕਰਨ ਔਰ ਇਹ ਉੱਥੇ ਪੀਸ, ਅਮਨ, ਸ਼ਾਂਤੀ ਰਿਸਟੋਰ ਕਰਾਉਣ, ਸਿੱਖਾਂ ਦੀ ਜੋ ਸੇਫਟੀ ਹੈ ਉਹ ਯਕੀਨੀ ਬਣਾਉਣ। ਉਹ ਇਹ ਤਾਂ ਹੋ ਨਹੀਂ ਸਕਦਾ ਨਨਕਾਣਾ ਸਾਹਿਬ ਦਾ ਨਾਮ ਬਦਲ ਦੇਣ। ਪਤਾ ਨਹੀਂ ਮੈਨੂੰ ਤਾਂ ਹੁਣ ਕੀ ਮੈਂ ਕਹਿ ਸਕਦਾ ਜੀ, ਕੀ ਕੇਸ ਹੈ ਕੀ ਨਹੀਂ ਹੈ, ਐਵੇਂ ਤਾਂ ਮੈਂ ਕਹਿ ਨਹੀਂ ਸਕਦਾ। ਲਾ ਵਿਲ ਟੇਕ ਇਟਸ ਓਨ ਕੋਰਸ। ਜੋ ਕਾਨੂੰਨ ਹੈ ਕਿਤੇ ਵੀ ਹੈ, ਮੇਰੇ ਤੇ ਵੀ ਲਾਗੂ ਹੁੰਦਾ ਹੈ, ਹਰ ਇੱਕ ਤੇ ਲਾਗੂ ਹੁੰਦਾ, ਇਹ ਹੁਣ ਮੈਨੂੰ ਨਹੀਂ ਪਤਾ ਵੀ ਕੀ ਕੇਸ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਫੋਰ ਮੋਰ ਨਿਊਜ਼ ਅਪਡੇਟਸ ਐਂਡ ਐਂਟਰਟੇਨਮੈਂਟ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਆਰ ਚੈਨਲ। ਫੋਰ ਆਲ ਲੇਟੈਸਟ ਨੋਟੀਫਿਕੇਸ਼ਨ, ਡੋਂਟ ਫੋਰਗੇਟ ਟੂ ਪ੍ਰੈਸ ਦ ਬੈਲ ਆਈਕਨ।